ਬਟਾਲਾ ਪਟਾਕਾ ਫੈਕਟਰੀ ਧਮਾਕੇ 'ਚ ਜ਼ਖਮੀ ਹੋ ਜਿਹੜੇ ਇਲਾਜ ਵਿਅਕਤੀਆਂ ਦਾ ਹਾਲ ਜਾਣਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਥਾਨਕ ਸਿਵਲ ਹਸਪਤਾਲ ਬਟਾਲਾ ਪੁੱਜੇ। ਇਸ ਫੇਰੀ ਦੌਰਾਨ ਉਹਨਾਂ ਦੇ ਨਾਲ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕਾਦੀਆਂ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਵੀ ਮੌਜੂਦ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਘਟਨਾ 'ਚ ਹੋਏ ਜ਼ਖਮੀਆਂ ਨਾਲ ਮੁਲਾਕਾਤ ਕੀਤੀ, ਉੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਂਚ ਕਰਵਾਉਣਗੇ ਅਤੇ ਇਸ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹ ਇੱਕ ਸਪੈਸ਼ਲ ਟੀਮ ਵੀ ਗਠਨ ਕਰਨਗੇ ਜੋ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਦੀ ਰਿਪੋਰਟ ਦੇਵੇਗੀ। ਪਰ ਇੱਥੇ ਪ੍ਰਸ਼ਾਸਨ ਵੱਲੋਂ ਉਦੋਂ ਇੱਕ ਲਾਪਰਵਾਹੀ ਸਾਹਮਣੇ ਆਈ ਜਦੋਂ ਸਿਵਲ ਹਸਪਤਾਲ ਬਟਾਲਾ ਐਮਰਜੈਂਸੀ ਨੂੰ ਜਾਣ ਵਾਲਾ ਰਸਤਾ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦ ਰਿਹਾ ਅਤੇ ਮੁੱਖ ਮੰਤਰੀ ਦੀਆਂ ਸੁਰੱਖਿਆ ਕਾਰਨ ਮਰੀਜ਼ਾਂ ਨੂੰ ਮਿਲਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਟਾਲਾ ਤੋਂ ਨਰਿੰਦਰ ਪੁਰੇਵਾਲ ਦੇ ਨਾਲ ਰਿੰਕੂ ਰਾਜਾ ਦੀ ਖਾਸ ਰਿਪੋਰਟ, ਲਾਈਟ ਆਫ ਨੇਸ਼ਨ ਨਿਊਜ਼। ਆਪ ਦੇਖ ਰਹੇ ਹੈ ਲੌਂਗ ਨਿਊਜ਼। ਦੇਖੋ ਜਿਹੜਾ ਕੁਛ ਉਰੇ ਹੋਇਆ ਬਹੁਤ ਹੀ, ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਜਿਸ ਤਰੀਕੇ ਨਾਲ ਹੋਇਆ। ਕੀ ਕਾਰਨ ਕਿ ਸਭ ਕੁਛ ਹੁਣ ਅਸੀਂ ਮੈਜਿਸਟੇਰੀਅਲ ਇੱਕ ਇਨਕੁਆਇਰੀ ਬਿਠਾ ਦਿੱਤੀ ਹੈ, ਉਹ ਜਲਦੀ ਰਿਪੋਰਟ ਆਏਗੀ। ਇਨ ਦਾ ਮੀਨ ਟਾਈਮ ਸਾਡੀ ਡਿਊਟੀ ਸੀ ਕਿ ਜਿਹੜੇ ਸਾਡੇ ਜ਼ਖਮੀ ਨੇ ਉਹਨਾਂ ਨੂੰ ਉਹਨਾਂ ਦੀ ਮਲਮ ਪੱਟੀ ਠੀਕ ਹੋਵੇ। ਕੁਛ ਜਿਹੜੇ ਜ਼ਿਆਦਾ ਸੀ ਉਹ ਅੰਮ੍ਰਿਤਸਰ, ਤੁਹਾਨੂੰ ਪਤਾ ਹੈ, ਪਹੁੰਚ ਗਏ ਨੇ, ਕੁਛ ਉਰੇ, ਔਰ ਜਿਹੜਾ ਇੱਥੇ ਵਾਕਿਆਤ ਹੋਇਆ ਉੱਥੇ ਵੀ ਅਸੀਂ ਦੇਖ ਕੇ ਆਏ ਹਾਂ। ਅਸੀਂ ਕੰਪਨਸੇਸ਼ਨ ਪੂਰੀ ਕਰਾਂਗੇ, ਇਟ ਇਜ਼ ਅਨਫੋਰਚੁਨੇਟ। ਲੇਕਿਨ ਇਨਕੁਆਇਰੀ ਤੋਂ ਮੈਂ ਜਾਣਨਾ ਚਾਹੁੰਦਾ ਕਿ ਹੋਇਆ ਕੈਸੇ। ਮੈਂ ਸੁਣਿਆ ਇੱਥੇ ਸਾਡੇ ਤੋਂ ਪਹਿਲਾਂ ਜਨਵਰੀ 1917 'ਚ ਇੱਕ ਵਾਕਿਆਤ ਇੱਥੇ ਹੀ ਹੋਇਆ ਸੀ। ਇਨਕੁਆਇਰੀ ਬੈਠੀ ਸੀ, ਉਹ ਕਿੱਥੇ ਗਈ ਇਨਕੁਆਇਰੀ, ਕਿਉਂ ਨਹੀਂ ਪਤਾ ਲੱਗਿਆ ਕੈਸੇ ਇਹਨਾਂ ਨੂੰ। ਇਹ ਚਾਹੇ ਹੋਏ ਇੱਕ ਬੜੀ ਪੁਰਾਣੀ ਇੱਕ ਸੰਸਥਾ ਜੇ ਬਣਾ ਰਹੇ ਸੀ ਇਹ ਪਟਾਕੇ, ਲੇਕਿਨ ਹੁਣ 45 ਸਾਲ ਦੀ ਚੱਲ ਰਹੀ ਹੈ। ਲੇਕਿਨ ਹੁਣ ਜਦ ਸ਼ਹਿਰ ਆਲੇ ਦੁਆਲੇ ਹੋ ਗਿਆ, ਦੇ ਹੈਜ਼ ਟੂ ਬੀ ਸਮ ਸਿਸਟਮ, ਕੁਛ ਸਟੈਚੂਟਰੀ ਕੰਪਲਾਇੰਸ ਹੋਣੀ ਚਾਹੀਦੀ ਹੈ ਕਿ ਐਕਸਪਲੋਸਿਵਸ ਕਰਾਊਡਿਡ ਏਰੀਆ ਦੇ ਵਿੱਚ ਨਹੀਂ ਬਣਨੇ ਚਾਹੀਦੇ। ਇਹ ਸਾਰੀਆਂ ਗੱਲਾਂ ਅਸੀਂ ਚੈੱਕ ਕਰਾਂਗੇ ਵਾਈ ਇਟ ਇਜ਼ ਅਲਾਊਡ ਔਰ ਹੋਰ ਕਿਤੇ ਪੰਜਾਬ ਦੇ ਵਿੱਚ। ਐਂਡ ਆਈ ਕੈਨ ਅਸ਼ੋਰ ਯੂ ਕਿ ਆਈ ਵਿਲ ਪੁੱਟ ਅ ਕਮੇਟੀ ਹੈਡਿਡ ਬਾਈ ਚੀਫ ਸੈਕਟਰੀ ਐਂਡ ਦੇ ਡੀ ਜੀ ਪੀ ਕਿ ਦੇਖ ਪੂਰੇ ਪੰਜਾਬ ਦਾ ਮਿਆਨਾ ਕਰਨ ਔਰ ਦੱਸਣ ਸਾਨੂੰ ਕਿੱਥੇ ਗਲਤ ਹੋ ਰਹੀਆਂ ਨੇ, ਐਂਡ ਵੀ ਵਿਲ ਸ਼ਟ ਦਮ ਡਾਊਨ, ਵੀ ਵਿਲ ਨੋਟ ਅਲਾਊ ਦੀਸ ਥਿੰਗਸ ਟੂ ਕੈਰੀ ਔਨ। ਡਿਪਟੀ ਕਮਿਸ਼ਨਰ ਸਾਹਿਬ ਹੁਣੀ ਲੱਗੇ ਨੇ ਸਾਡੇ। ਦਿਸ ਇਸ਼ੂ ਹੈਜ਼ ਬੀਨ, ਇਹ ਜਨਵਰੀ 2017 ਦੀ ਗੱਲ ਹੈ, ਸਾਡੀ ਇਲੈਕਸ਼ਨ ਹੋਈ ਹੈ ਮਾਰਚ ਵਿੱਚ, ਸਾਡੇ ਤੋਂ ਪਹਿਲਾਂ ਦੀ ਗੱਲ ਹੈ। ਵੀ ਵਿਲ ਇਨਕੁਆਇਰ ਉਦੋਂ ਦਾ ਕਿਉਂ ਨਹੀਂ ਇੱਥੇ ਇਨਵੈਸਟੀਗੇਸ਼ਨ ਹੋਈ। ਐਗਜੈਕਟਲੀ ਇਨਕੁਆਇਰੀ ਵਿਲ ਟੈਲ ਅਸ, ਇਨਕੁਆਇਰੀ ਸਾਨੂੰ ਦੱਸੇਗੀ। ਉਹ ਇਨਕੁਆਇਰੀ ਜਿਹੜੀ 1917 ਵਾਲੀ ਉਹ ਚੱਲ ਰਹੀ ਹੈ, ਅੱਜ ਤਾਂ ਕੰਕਲੂਡ ਕਿਉਂ ਨਹੀਂ ਹੋਈ ਇਹ ਵੀ ਪਤਾ ਕਰਾਂਗੇ। ਇੰਨੀ ਡਿਲੇ ਕਿਸ ਗੱਲ ਦੀ।